ਕਸ਼ਮੀਰ ਮਾਲਕ ਕੰਡ ਤੱਕ ਲਓ ਵੀ ਗਾਇਸ, ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਆਈ ਹੋਪ ਕਿ ਤੁਸੀਂ ਸਾਰੇ ਘੈਂਟ ਹੋ, ਆਪਾਂ ਵੀ ਘੈਂਟ ਹਾਂ। ਅਤੇ ਅੱਜ ਦਾ ਵਲੌਗ ਕਰਦੇ ਆਪਾਂ ਸ਼ੁਰੂ, ਅਤੇ ਅੱਜ ਆਪਾਂ ਸਲੈਂਸਰ ਐਕਸਚੇਂਜ ਕਰਕੇ ਪਾਈਪਾਂ ਦਿੱਤੀਆਂ ਲਾਹ, ਅਤੇ ਹੁਣ ਆਪਾਂ ਚੱਲੇ ਹਾਂ ਕੱਦੂ ਮਾਰਨ। ਜਿਵੇਂ ਕਿ ਕੱਲ੍ਹ ਵਾਲੇ ਵਲੌਗ 'ਚ ਵੇਖਿਆ ਹੋਣਾ, ਕੱਦੂ ਰਹਿ ਗਿਆ ਉਹ ਮਾਰਦੇ ਹਾਂ, ਅਤੇ ਸੈਲਫ ਮਾਰ ਗਏ ਟਰੈਕਟਰ ਦੀ। ਮਿਲਦੇ ਗਾਇਸ ਤੁਹਾਨੂੰ ਬਾਅਦ 'ਚ ਜਾ ਕੇ ਆਪਾਂ। ਲਓ ਵੀ ਗਾਇਸ, ਝੋਨਾ ਲਾ ਰਹੇ ਹਾਂ, ਕੱਦੂ ਕਰੀ ਜਾਂਦੇ ਹਾਂ ਆਪਾਂ ਇੱਧਰ। ਔਲਰ ਲੱਗੇ ਪਏ ਆਪਣੇ ਬੰਦੇ ਝੋਨਾ ਲਾਉਣ, ਅਤੇ ਮਿਲਦੇ ਹਾਂ ਤੁਹਾਨੂੰ ਆਪਾਂ ਕੱਦੂ ਕਰਕੇ। ਵੀ ਗਾਇਸ ਆਪਾਂ ਚੱਲੇ ਹੁਣ ਪਾਣੀ ਛੱਡਣ ਮਗਰ, ਅਤੇ ਕੱਦੂ ਮਾਰ ਰਿਹਾ ਉੱਧਰ ਕੱਦੂ ਮਾਰ ਰਿਹਾ ਉਹ, ਅਤੇ ਆਪਣੀ ਜੀ ਰਹੀ ਆਪਣੀ, ਆਪਾਂ ਚੱਲਦੇ ਉੱਧਰ। ਵੀ ਗਾਇਸ ਆਪਾਂ ਆ ਗਏ ਖਾਲੇ 'ਤੇ, ਅਤੇ ਆਪਾਂ ਇੱਧਰ ਪਾਣੀ ਛੱਡਣਾ ਆਪਣੇ ਵਾਹਨ 'ਚ, ਅਤੇ ਜਲਦੇ ਹਾਂ ਅਤੇ ਨਾਲੇ ਪਾਣੀ ਛੱਡਦੇ ਹਾਂ, ਤੁਹਾਨੂੰ ਵਿਖਾਉਂਦੇ ਹਾਂ। ਗਾਇਸ ਮੂੰਗੀ, ਅਤੇ ਆਪਾਂ ਇੱਥੇ ਪਾਣੀ ਛੱਡਣਾ, ਇੱਥੇ ਮੂੰਹਾਂ ਉਹ ਕੱਢਦੇ ਹਾਂ, ਅਤੇ ਆਪਾਂ ਪਾਣੀ ਛੱਡਦੇ ਹਾਂ। ਅਤੇ ਗਾਇਸ ਪਾਣੀ ਛੱਡਤਾ, ਵੇਖੋ ਪਾਣੀ ਕਿੰਨਾ ਤੇਜ਼ ਆ ਰਿਹਾ, ਅਤੇ ਹੁਣ ਆਪਾਂ ਚੱਲਦੇ ਹਾਂ ਘਰੇ, ਉੱਥੇ ਜਾਂਦੇ ਹਾਂ ਖੇਤ, ਕੱਦੂ ਕਰਦੇ ਹਾਂ। ਗਾਇਸ ਪਾਣੀ ਛੱਡ ਕੇ ਆਪਾਂ ਆ ਗਏ ਹਾਂ ਜਿੱਥੇ ਕੱਦੂ ਵੱਜ ਰਿਹਾ ਆਪਣਾ, ਉਹ ਟਰੈਕਟਰ ਚੱਲ ਰਿਹਾ ਸਾਹਮਣੇ, ਅਤੇ ਆਪਾਂ ਆ ਗਏ ਇੱਥੇ। ਹੁਣ ਆਪਾਂ ਮਾਰਦੇ ਹਾਂ ਕੱਦੂ, ਅਤੇ ਉਹ ਜਾਣਗੇ ਆਪਣਾ ਵਾਹਣ ਵਾਹੁਣਗੇ ਉੱਧਰ, ਵਾਹਣ ਵਾਹੀ ਜਾਂਦੇ ਉਹ, ਅਤੇ ਚਲੋ ਮਿਲਦੇ ਆਪਾਂ ਤੁਹਾਨੂੰ ਟਰੈਕਟਰ 'ਤੇ ਜਾ ਕੇ। ਲਓ ਵੀ ਗਾਇਸ ਕੱਦੂ ਮਾਰਦਾ ਸਾਰੇ, ਅਤੇ ਹੁਣ ਆਪਾਂ ਚੱਲੇ ਹਾਂ ਘਰੇ, ਬਾਅਦ 'ਚ ਪਨੀਰੀ ਸੁੱਟਾਂਗੇ। ਗਾਇਸ ਆਪਾਂ ਕੱਦੂ ਕੁੱਦੂ ਕਰਕੇ ਹੋ ਗਏ ਵਿਹਲੇ, ਅਤੇ ਹੁਣ ਆ ਗਏ ਆਪਣੇ ਉਸੇ ਡੇਲੀ ਰੂਟੀਨ ਕੰਮ ਆ, ਜਿਹੜਾ ਆਪਣਾ ਪੱਠੇ ਵੱਢਣ। ਆਹ ਸ਼ਰਾਰਤੀ ਬੱਚਾ ਵੀ ਪੱਠੇ ਵੱਢਣ ਲੱਗਿਆ, ਅੱਜ ਮੀਂਹ ਆਊਗਾ, 100% ਚਾਂਸ ਆ ਮੀਂਹ ਆਉਂਦੇ, ਅਤੇ ਆਪਾਂ ਵੀ ਹੁਣ ਮਿਲਦੇ ਹਾਂ ਪੱਠੇ, ਪੱਠੇ ਵੱਢਦੇ ਹਾਂ, ਅਤੇ ਮਿਲਦੇ ਹਾਂ ਤੁਹਾਨੂੰ ਪੱਠੇ ਵੱਢ ਕੇ। ਅਤੇ ਆਹ ਵੇਖੋ ਇੱਧਰ, ਅੱਜ ਆਪਾਂ ਰੂਟ ਚੇਂਜ ਕਰ ਦੇਣਾ ਟਰੈਕਟਰ ਦਾ, ਅੱਗੇ ਉੱਧਰ ਦੀ ਆਉਂਦਾ ਜੀ, ਅੱਜ ਟਰੈਕਟਰ ਇੱਧਰ ਦੀ ਆਊਗਾ ਐਂ ਜੀ। ਆਹ ਦੇਖੋ ਇੱਧਰ ਆਪਾਂ ਪੱਠੇ ਵੱਢਦੇ ਹਾਂ। ਪਨੀਰੀ ਪਨੂਰੀ ਲਾ ਤੀ, ਹਲ ਵੀ ਦਿੱਤੇ ਲਾ, ਪਨੀਰੀ ਸੁੱਟਿਆ ਨਹੀਂ ਉੱਧਰ, ਹਲ ਦਿੱਤੇ ਆਪਾਂ ਲਾ, ਹੁਣ ਚੱਲੇ ਹਾਂ ਪੱਠੇ ਲਾਉਣ। ਪੱਠੇ ਲੈ ਕੇ ਆਉਣੇ ਆ, ਅਤੇ ਗੱਡੀ ਪਾਈ ਗਈ, ਅਤੇ ਚੱਲਦੇ ਆ ਪੱਠੇ ਲੈਣ, ਮਿਲਦੇ ਤੁਹਾਨੂੰ ਪੱਠੇ ਚੱਕ ਕੇ। ਚੱਲੇ ਹਾਂ ਪੱਠੇ ਲੈਣਾ, ਅੱਜ ਆਪਾਂ ਰਾਹ ਬਦਲਤਾ, ਅੱਗੇ ਉੱਧਰ ਦੀ ਜਾਂਦੇ ਸੀਗੇ, ਅਤੇ ਅੱਜ ਆਪਾਂ ਪੱਕੇ ਪੱਕੇ ਜਾਵਾਂਗੇ, ਅਤੇ ਚਲੋ ਮਿਲਦੇ ਹਾਂ ਆਪਾਂ ਤੁਹਾਨੂੰ ਹੁਣ ਪੱਠੇ ਚੱਕ ਕੇ, ਅਤੇ ਆ ਜਾਓ ਬਾਈ ਪੱਠੇ ਚੱਕ ਕੇ। ਲਓ ਵੀ ਬਾਈ ਹੁਣ ਆਪਾਂ ਚੱਲੇ ਹਾਂ ਘਰੇ, ਪੱਠੇ ਲਏ ਲੱਧ। ਇਹ ਆਪਣੇ ਡੇਲੀ ਦੇ ਵਲੌਗ 'ਚ ਤੁਹਾਨੂੰ ਜ਼ਰੂਰ ਵੇਖਣ ਨੂੰ ਮਿਲਿਆ ਕਰਨਗੇ ਪੱਠੇ ਆਪਣੇ, ਵੇਖੋ ਪਿਆਰੇ ਪਿਆਰੇ ਪੱਠੇ, ਇਹ ਆਪਣਾ ਡੇਲੀ ਦਾ ਕੰਮ ਆ। ਅਤੇ ਹੁਣ ਆਪਾਂ ਚੱਲਦੇ ਹਾਂ ਘਰੇ, ਆਪਣੇ ਝੋਨਾ ਲੱਗ ਰਿਹਾ ਉੱਧਰ ਜਾਂਦੇ ਹਾਂ, ਪੋਚਾ ਪੁੱਚਾ ਲਾਉਣੇ ਆ ਵੱਟਾਂ 'ਤੇ ਜਾ ਕੇ ਜਿੱਥੇ ਲਾਉਣ ਵਾਲਾ, ਅਤੇ ਕੱਦੂ ਵੀ ਕਰਾਂਗੇ ਹੁਣ ਫਿਰ, ਇੱਕ ਵਾਰੀ ਤਾਂ ਕਰੇ ਆਉਂਦਾ ਕਰਾਂ 2 ਕਿੱਲਿਆਂ 'ਚ, ਬਾਕੀ ਸ਼ਾਮ ਨੂੰ ਜਾ ਕੇ 4 ਕਿੱਲਿਆਂ 'ਚ ਪਾਣੀ ਛੱਡਿਆ ਉੱਧਰ ਲਾਉਣੇ ਆ ਕੱਦੂ ਕਰਦੇ ਹਾਂ, ਅਤੇ 10-12 ਕਿੱਲੇ ਥਾਂ ਲਾਤਾ ਉਹਨਾਂ ਨੇ, ਅਤੇ ਉੱਧਰ ਦਵਾਈ ਪਾਵਾਂਗੇ ਅੱਜ, ਉਹ ਵੀ ਤੁਹਾਨੂੰ ਵੇਖਣ ਨੂੰ ਮਿਲੂਗੀ। ਗਾਈ ਕੱਦੂ ਕੁੱਦੂ ਮਾਰਤਾ, ਇੱਧਰ ਝੋਨਾ ਲੱਗ ਰਿਹਾ, ਅਤੇ ਉੱਧਰ ਉਹ ਪੈਲੀ ਬਾਹ ਰਹੇ ਆ, ਨਾਲੇ ਲੜੀ ਜਾਂਦੇ ਇੱਕ ਦੂਜੇ ਨਾਲ, ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਉਹਨਾਂ ਕੋਲ। ਲਓ ਵੀ ਗਾਈਸ ਹੁਣ ਆਪਾਂ ਸਿੱਧਾ ਵਲੌਗ ਕੰਟੀਨਿਊ ਕਰ ਰਹੇ ਹਾਂ, 12 ਵਜੇ, ਅਤੇ ਆਪਾਂ ਹੁਣ ਚੱਲੇ ਉੱਧਰ ਕੱਦੂ ਮਾਰਨ, ਉੱਧਰ ਝੋਨਾ ਲੱਗ ਗਿਆ, ਹੁਣ ਇੱਧਰ ਕੱਦੂ ਮਾਰ ਕੇ ਝੋਨਾ ਲਾਉਂਦੇ ਹਾਂ ਆਪਾਂ, ਅਤੇ ਮਿਲਦੇ ਹਾਂ ਤੁਹਾਨੂੰ ਕੱਦੂ ਮਾਰਦੇ ਹੋਏ। ਲਓ ਵੀ ਗਾਈਸ ਆਪਾਂ ਕਰ ਰਹੇ ਕੱਦੂ, ਇੱਧਰ ਵਾਹਵਾ ਕਰਦਾ ਕੱਦੂ, ਬਸ ਥੋੜ੍ਹਾ ਹੀ ਰਹਿ ਗਿਆ, ਉਹ ਕਰਕੇ ਫਿਰ ਜਾਂਦੇ ਹਾਂ ਘਰੇ। ਆਹ ਵੇਖੋ ਪੁੱਠੇ ਪੰਗੇ ਲੈ ਰਹੇ ਹਾਂ, ਵਿਹਲੇ ਬੈਠੇ ਸੀਗੇ, ਇੱਧਰ ਆ ਗਏ ਖੇਤ, ਮੋਟਰ ਦੇ ਉੱਤੇ ਚੜ੍ਹ ਗਏ, ਉੱਧਰ ਵੇਖੋ ਝੋਨਾ, ਇੱਕ ਆਹ ਬੈਠਾ ਭੋਰੀ ਜਾਂਦਾ ਥੱਲੇ ਬੈਠਾ। ਗਾਈਸ ਦੇਖੋ ਇਹ ਬੰਦਾ ਕੀ ਕਰ ਰਿਹਾ, ਗੰਦੇ ਪਾਣੀ ਨਾਲ ਹੀ ਸਿਰ ਸੁਰ ਧੋ ਰਿਹਾ ਉਹਰਾ, ਇਹਨੂੰ ID ਨੂੰ ਫੋਲੋ ਕਰੋ ਇੰਸਟਾਗ੍ਰਾਮ 'ਤੇ ਜਾ ਕੇ, ਅਰਥ ਸੰਧੂ। ਲਓ ਵੀ ਗਾਈਸ ਹੁਣ ਆਪਾਂ ਇੱਥੇ ਪਨੀਰੀ ਛੱਡਣਾ, ਪਨੀਰੀ ਦੇ ਸੈੱਟ, ਹੁਣ ਆਪਾਂ ਸਿੱਧਾ 4 ਵਜੇ ਵਲੌਗ ਕੰਟੀਨਿਊ ਕੀਤਾ, ਉਹ ਤੋਂ ਪਹਿਲਾਂ ਆਪਾਂ ਸੌਂ ਗਏ ਸੀ ਦੁਪਹਿਰੇ, ਰੈਸਟ ਕੀਤੀ, ਅਤੇ ਹੁਣ ਆਪਾਂ ਜਾਂਦੇ ਹਾਂ ਘਰੇ, ਘਰੇ ਜਾ ਕੇ ਪੱਠੇ ਗੁਜ਼ਰਦੇ, ਅਤੇ ਪੱਠੇ ਗੁਜ਼ਰ ਕੇ ਮਿਲਦੇ ਹਾਂ। ਲਓ ਵੀ ਗਾਈਸ ਆਪਾਂ ਆ ਗਏ ਘਰੇ, ਹੁਣ ਲੱਗੇ ਹਾਂ ਪੱਠੇ ਗੁਜ਼ਰਨ, ਪੱਠੇ ਗੁਜ਼ਰੀ ਜਾਂਦੇ ਹਾਂ, ਇਹ ਆਪਣਾ ਡੇਲੀ ਦਾ ਵਰਕ ਆ, ਇਹ ਤੁਹਾਨੂੰ ਹਰ ਇੱਕ ਵਲੌਗ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲੂਗਾ, ਕਿਤੇ ਭਾਵੇਂ ਜੀ ਮਿਸ ਹੋ ਜਾਏ,
ਪਰ ਜ਼ਿਆਦਾਤਰ ਵੇਖਣ ਨੂੰ ਮਿਲਿਆ ਹੀ ਕਰੂਗਾ ਪੱਠੇ ਕੋਲ ਉਤਰਦੇ ਹੋਏ ਆਪਾਂ। ਇਹਦਾ ਦੇਖੋ ਆਪਣਾ ਇੰਜਨ। ਗਾਇਜ਼ ਹੁਣ ਆਪਾਂ ਚੱਲੇ ਹਾਂ ਵੱਟ ਪਾਉਣ, ਅਤੇ ਮਿਲਦੇ ਹਾਂ ਤੁਹਾਨੂੰ ਵੱਟ ਪਾ ਕੇ, ਫਿਰ ਪੈਲੀ ਪਾਉਣੇ ਵਿਖਾਉਣੇ ਆ ਤੁਹਾਨੂੰ ਟਰੈਕਟਰ ਦੀ ਪਰਫੋਰਮੈਂਸ ਕਿਵੇਂ ਆ, ਗਿਆਰਾਂ ਵਾਲਾ ਅਤੇ ਕਿਵੇਂ ਹਲ ਖਿੱਚਦਾ। ਇੱਧਰ ਆਪਣਾ ਹੈਵੀ ਡਰਾਈਵਰ ਪੈਲੀ ਵਾਰਿਆ, ਅਤੇ ਬਸ ਆਹ ਵਾਹਣ ਵਾ ਕੇ ਆਪਾਂ ਚੱਲਦੇ ਕੱਦੂ ਕਰਨ, ਅਤੇ ਮਿਲਦੇ ਤੁਹਾਨੂੰ ਕੱਦੂ ਵਾਲੇ ਵਾਹਣ 'ਚ ਜਾ ਕੇ। ਇੱਧਰ ਆਪਣਾ ਗੱਚਾ। ਲਓ ਗਾਇਜ਼ ਹੁਣ ਆਪਾਂ ਚੱਲੇ ਹਾਂ ਕੱਦੂ ਕਰਨ, ਉੱਥੇ ਕੱਦੂ ਕਰਕੇ ਮਿਲਦੇ ਤੁਹਾਨੂੰ, ਕੱਦੂ ਕਰਕੇ ਮਿਲਾਂਗਾ। ਲਓ ਗਾਇਜ਼ ਹੁਣ ਆਪਾਂ ਮਾਰ ਰਹੇ ਹਾਂ ਕੱਦੂ। ਆਪਾਂ ਮਾਰ ਲੱਗੇ ਹਾਂ ਦੂਰਾ, ਕਿਉਂਕਿ ਪਹਿਲਾਂ ਜਿਹੜਾ ਆਹ ਵਾਹਨ ਦੂਰੀਅਰ ਨਹੀਂ ਵਾਇਆ ਸੀਗਾ, ਇਸ ਕਰਕੇ ਆਪਾਂ ਨੂੰ ਦੂਰਾ ਕੱਦੂ ਮਾਰਨਾ ਪੈ ਰਿਹਾ। ਅਤੇ ਬਸ ਆਹ ਕੱਦੂ ਮਾਰ ਕੇ ਹੁਣ ਅਸੀਂ ਘਰ ਹੀ ਜਾਣਾ, ਅਤੇ ਅੱਜ ਦਾ ਵਲੋਗ। ਲਓ ਵੀ ਗਾਇਜ਼ 9 ਵੱਜ ਗਿਆ, ਅਤੇ ਆਪਾਂ ਕੱਦੂ ਮਾਰ ਰਹੇ ਸੀਗੇ, ਹਜੇ ਕਿੱਲਾ ਕੁ ਥਾਂ ਦਾ ਵੱਜਿਆ ਹੋਊ ਡੇਢ, ਅਤੇ ਮਗਰ ਹਜੇ ਪਿਆ ਵਾਹਵਾ ਥਾਂ। ਹੁਣ ਆਪਾਂ ਚੱਲੇ ਹਾਂ ਮੋਟਰ ਚਲਾਉਣ, ਅਤੇ ਫਲੈਸ਼ ਜਗਾਲ ਕੇ ਫੋਨ ਦੀ, ਅਤੇ ਮਿਲਦੇ ਹਾਂ ਤੁਹਾਨੂੰ। ਲਓ ਵੀ ਗਾਇਜ਼ ਆਪਾਂ ਚੱਲੇ ਹਾਂ ਮੋਟਰ ਚਲਾਉਣ, ਤੁਹਾਨੂੰ ਵਿਖਾ ਕੇ ਮੋਟਰ ਆਪਣੀ ਆ ਰਹੀ, ਅਤੇ ਆਪਾਂ ਚਲਾਉਣੇ ਆ ਮੋਟਰ, ਅਤੇ ਮਿਲਦੇ ਹਾਂ ਤੁਹਾਨੂੰ। ਆ ਡੱਡੂ ਗਾਇਸ, ਡੱਡੂ ਗਾਇਸ। ਲਓ ਵੀ ਗਾਇਸ ਆ ਗਏ ਆਪਾਂ ਮੋਟਰ ਦੇ ਅੰਦਰ, ਅਤੇ ਚਲਾ ਗਏ ਮੋਟਰ। ਚੱਲ ਪਈ ਗਾਇਸ, ਪਾਣੀ ਪੂਣੀ ਪੀ ਲਗੇ ਹੋਣਾ, ਅਤੇ ਕਰਦੇ ਹਾਂ ਕੱਦੂ ਫਿਰ ਆਪਾਂ। ਆ ਜਾਓ ਆ ਗਏ ਜੀ, ਆ ਗਏ। ਚਲਾ ਦੀ ਗਾਇਸ ਮੋਟਰ, ਚੈੱਕ ਕਰ ਸਕਦੇ ਤੁਸੀਂ ਪਾਣੀ। ਗਾਇਸ ਦੇਖੋ ਰਾਤ ਦੇ 9 ਵੱਜ ਗਏ, 9:30, ਅਤੇ ਉਹ ਆਪਣਾ ਝੋਟਾ ਖੜਿਆ, ਝੋਟਾ ਇੱਧਰ ਚੇਤਨ ਅੱਜ ਮੇਰੇ ਨਾਲ ਹੀ ਆ, ਅਤੇ ਆਪਾਂ ਪਾਣੀ ਪੂਣੀ ਪੀਂਦੇ ਹਾਂ, ਅਤੇ ਕੱਦੂ ਕਰਦੇ ਹਾਂ, ਮਿਲਦੇ ਹਾਂ ਤੁਹਾਨੂੰ ਕੱਦੂ ਕਰਕੇ ਸਿੱਧਾ। ਲਓ ਵੀ ਗਾਇਸ ਰਾਤ ਦੇ 10:30 ਵੱਜ ਗਏ, ਅਤੇ ਆਪਣਾ ਕੱਦੂ ਵੀ ਹੋ ਗਿਆ ਕੰਪਲੀਟ, ਅਤੇ ਮੱਥਿਆ ਦੇ ਕੇ ਗੇੜਾ ਲਾ ਕੇ ਜੇ ਆਪਾਂ ਚੱਲਦੇ ਹਾਂ, ਉੱਧਰ ਆਪਣੀ ਮੋਟਰ ਚੱਲ ਰਹੀ ਆ। ਅੱਜ ਦੇ ਵਲੋਗ ਮੈਂ ਬੋਰ ਹੀ ਕਰਦੇ ਖਤਮ, ਜੇਕਰ ਤੁਹਾਨੂੰ ਸਾਡਾ ਵਲੋਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਨੂੰ ਕਰ ਲਓ ਸਭ ਸਬਸਕ੍ਰਾਈਬ, ਅਤੇ ਇੱਦਾਂ ਦੇ ਹੋਰ ਵਲੋਗ ਦੇਖਣ ਲਈ ਸਾਡੇ ਚੈਨਲ